ਜੀ ਦੋਸਤੋ ਮੇਰੇ ਸਾਹਮਣੇ ਹੈਗਾ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਮੰਜੀ ਸਾਹਿਬ ਪਸਰੂਰ ਐ ਉਹਦਾ ਇੱਕ ਦਰਵਾਜ਼ਾ ਹੀ ਬਚਿਆ ਜਿਹੜਾ ਕਿ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗਾ ਦੋਸਤੋ ਐ ਪਸਰੂਰ ਸ਼ਹਿਰ ਦੇ ਵਿੱਚ ਵਾਹਿਦ ਗੁਰਦੁਆਰਾ ਹੈ ਜਿਹਦੀ ਨਿਸ਼ਾਨੀ ਬਚੀ ਹੈ ਸਿਰਫ ਇੱਕ ਦਰਵਾਜ਼ਾ ਤੇ ਯਾ ਇਹਦੇ ਰਾਈਟ ਸਾਈਡ ਤੇ ਇੱਕ ਤਲਾਬ ਸਰੋਵਰ ਇਹ ਇੱਥੇ ਕਰਕੇ ਆ ਗਿਆ ਇਹ ਵੀ ਤੁਹਾਨੂੰ ਹਾਲ ਨਾ ਜਾ ਕੇ ਉੱਥੇ ਪਹਿਲਾਂ ਮੈਂ ਤੁਹਾਨੂੰ ਇਹ ਗੁਰਦੁਆਰੇ ਦੇ ਬਾਰੇ ਵਿੱਚ ਦੱਸਿਆ ਕਿ ਇਹ ਜਨਾਬ ਗੁਰਦੁਆਰਾ ਏ ਇਹਦੇ ਬਾਰੇ ਵਿੱਚ ਥੋੜੀ ਤੁਹਾਨੂੰ ਡਿਟੇਲ ਜਿਹੜੀ ਮੈਨੂੰ ਪਤਾ ਚੱਲ ਸਕੀ ਉਹ ਵੀ ਦੱਸਣਾ ਵਾ ਪਹਿਲੇ ਤੁਹਾਨੂੰ ਦਰਵਾਜ਼ਾ ਦਿਖਾ ਦਿਆਂ ਤੁਸੀਂ ਦੇਖੋ ਕਿ ਇਹ ਜਨਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਇੱਕ ਸ਼ਹਕਾਰ ਜਿਹੜਾ ਕਿ ਸਿਰਫ ਅੱਜ ਇੱਕ ਦਰਵਾਜ਼ਾ ਹੀ ਰਹਿ ਗਿਆ ਇਹ ਦੇਖੋ ਇਹਦੇ ਬਾਰੇ ਵਿੱਚ ਕੀ ਜਾਂਦਾ ਹੈ ਕਿ ਇੱਥੇ ਬਾਬਾ ਜੀ ਗੁਰੂ ਨਾਨਕ ਜੀ ਜਦੋਂ ਜੰਮੂ ਤੋਂ ਸਿਆਲਕੋਟ ਤੇ ਸਿਆਲਕੋਟ ਤੋਂ ਉਹਨਾਂ ਨੇ ਫਿਰ ਨਾਰੋਵਾਲ ਯਾਨੀ ਸ਼ਕਰਗੜ ਨੂੰ ਜਾਣਾ ਸੀ ਤੇ ਇੱਥੇ ਪਹਿਲਾਂ ਸਿਆਲਕੋਟ ਰੁਕੇ ਸਿਆਲਕੋਟ ਤੋਂ ਬਾਅਦ ਫਿਰ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਰੁਕੇ ਔਰ ਉਹਨਾਂ ਨੇ ਫਿਰ ਇੱਥੇ ਕੁਝ ਦਿਨ ਕਿਆਮ ਕੀਤਾ ਔਰ ਇਸੇ ਜਗ੍ਹਾ ਦੇ ਉੱਤੇ ਇੱਕ ਉਹਨਾਂ 베ਰੀ ਦਾ ਦਰਖਤ ਵੀ ਲਗਾਇਆ ਜਿਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ 베ਰੀ ਦਾ ਦਰਖਤ ਇਹ ਹੈਗਾ ਇਹ ਜਿਹੜਾ ਇੱਕ ਤੁਹਾਨੂੰ ਨਜ਼ਰ ਆ ਰਿਹਾ ਹੈ ਨਾ ਜਿਹੜਾ ਇੱਕ ਘਮਲਾ ਜਿਹਾ ਹੈ ਜਿਹੜਾ ਇੱਥੇ 베ਰੀ ਦਾ ਦਰਖਾ ਸੀ ਗੋ ਕਿ ਬਹੁਤ ਪੁਰਾਣਾ ਹੋ ਗਿਆ ਔਰ ਇਹ ਤਾਂ ਪੁੱਟਿਆ ਜਾ ਚੁੱਕਿਆ ਹੈ ਲੇਕਿਨ ਉਹਦੀਆਂ ਜੜਾਂ ਅੱਜ ਵੀ ਇਹ ਨਿਕਲ ਆਈਆਂ ਨੇ ਆ ਦੇਖੋ ਨਾ ਇਹਦੇ ਅੰਦਰ 베ਰੀ ਦਾ ਬੂਟਾ ਸੀ ਤੇ ਇਹ ਉਸੇ ਬੂਟੇ ਦੀਆਂ ਜਿਹੜੀਆਂ ਸ਼ਾਖਾਂ ਨੇ ਇਹ ਆਪਣੇ ਆਪ ਹੀ ਨਿਕਲ ਆਉਂਦੀਆਂ ਨੇ ਤੇ ਬਾਬਾ ਜੀ ਇੱਥੇ ਕੁਝ ਦਿਨ ਕੰਮ ਕਰਕੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਆਪਣੇ ਆਖਰੀ ਸਫ਼ਰ ਤੇ ਨਾਰੋਵਾਲ ਜਿੱਥੇ ਕਿ ਕਰਤਾਰਪੁਰ ਸਾਹਿਬ ਉੱਥੇ ਚਲੇ ਗਏ ਐ ਉਸ ਗੁਰਦੁਆਰੇ ਦੀ ਜਿਹੜੀ ਕੋਈ ਥੋੜੀ ਬਹੁਤੀ ਚੀਜ਼ਾਂ ਨੇ ਮੈਂ ਤੁਹਾਨੂੰ ਦਿਖਾ ਰਿਹਾ ਐ ਦੀਵਾਰ ਐ ਇਹ ਦੇਖੋ ਐ ਹੋ ਗਿਆ ਦਰਵਾਜ਼ਾ ਤੇ ਐ ਨਾਲ ਉਹਦਾ ਪਿੱਲਰ ਇੱਕ ਐ ਤੁਸੀਂ ਦੇਖ ਸਕਦੇ ਹੋ ਇਹ ਵੀ ਟੁੱਟ ਫੁੱਟ ਦਾ ਸ਼ਿਕਾਰ ਹੈ ਤੇ ਉਸ ਤੋਂ ਬਾਅਦ ਇਧਰ ਨੂੰ ਦੀਵਾਰ ਹੁੰਦੀ ਸੀ ਜਿਹੜੀ ਕਿ ਐਸ ਪਿੱਲਰ ਨਾਲ ਜਾ ਕੇ ਮਿਲਦੀ ਸੀ ਇਹ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਇਧਰ ਨੂੰ ਦੀਵਾਰ ਜਾਂਦੀ ਸੀ ਫਿਰ ਉੱਥੇ ਕੋਨਾ ਐ ਔਰ ਉਸ ਤੋਂ ਬਾਅਦ ਫਿਰ ਐਸਆਈ ਨੂੰ ਆ ਕੇ ਤੇ ਇਹ ਜਨਾਬ ਸਾਹਮਣੇ ਆ ਜਾਂਦਾ ਸੀ ਦਰਵਾਜ਼ਾ ਠੀਕ ਹੋ ਗਿਆ ਅੱਛਾ ਹੁਣ ਤਾਂ ਨਾਲ ਮੈਂ ਵੀ ਦੱਸਣਾ ਥੋੜਾ ਜਿਹਾ ਕਿ ਇਹ ਦੇਖੋ ਫਰਸ਼ ਇਹਦਾ ਦੋਸਤੋ ਇਹ ਫਰਸ਼ ਛੋਟੀ ਇੱਟ ਜਿਹੜੀ ਹੈ ਇਹ ਦੇਖੋ ਇਹ ਇਹ ਫਰਸ਼ ਹੈ ਅੱਜ ਵੀ ਮੌਜੂਦ ਹੈ ਇਹ ਦੇਖੋ ਔਰ ਇਹ ਜਿਹੜਾ ਆਪਣਾ ਗੁਰਦੁਆਰੇ ਦਾ ਦਰਵਾਜ਼ਾ ਹੈ ਇਹ ਵੀ ਤਾਂ ਕਲੋਜ਼ ਕਰਕੇ ਵਹਾਲਣਾ ਦੇਖੋ ਕੋਈ ਸੀਮੈਂਟ ਸਰਿਆ ਨਹੀਂ ਹੈਗਾ ਲੇਕਿਨ ਐਸੇ ਤਰੀਕੇ ਦੇ ਨਾਲ ਜਨਾਬ ਉਸ ਦੌਦ ਦੇ ਵਿੱਚ ਬਣਾਇਆ ਗਿਆ ਸੀ ਐ ਹੁਣ ਟੁੱਟਪੁੱਟ ਦਾ ਸ਼ਿਕਾਰ ਹੈ ਠੀਕ ਹੈ ਨਾ ਐਸ ਸਾਈਡ ਤੋਂ ਤੁਹਾਨੂੰ ਵਹਾਲਣਾ ਬਾਹਰ ਵਾਲੀ ਸਾਈਡ ਤੋਂ ਐ ਦੇਖੋ ਇਹ ਤੇ ਦੱਖਣਗਾਰ ਹਲਿਆ ਦੇਖੋ ਵਾਹ ਜੀ ਵਾਹ ਐ ਆ ਦੇਖੋ ਐ ਆ ਦੇਖੋ ਕੀ ਫਰਨੀਸ਼ਾਕਾਰ ਹੈ ਇਹ ਛੋਟੀ ਇੱਟ ਜਨਾਬ ਦੇਖੋ ਇਹਦਾ ਸਾਈਜ਼ ਤੁਸੀਂ ਦੇਖੋ ਠੀਕ ਹੈ ਨਾ ਤੇ ਇਹ ਹੈ ਜਨਾਬ ਇਸ ਵੇਲੇ ਬਹੁਤ ਹੀ ਇਹਦੀ ਹਾਲਤ ਉਹ ਮਖਦੂਸ਼ ਹੈ ਬਿਲਕੁਲ ਟੁੱਟਪੁੱਟ ਦਾ ਸ਼ਕਾਰ ਹੈ ਇਹਦੇ ਚਾਰ ਸੀੜੀਆਂ ਹੁੰਦੀਆਂ ਸਨ 1 2 3 4 ਤੇ ਫਿਰ ਉਸ ਤੋਂ ਬਾਅਦ ਅੰਦਰ ਜਾਂਦਾ ਸੀ ਹੁਣ ਤੁਹਾਨੂੰ ਦਿਖਾ ਦਾਂ ਥੋੜਾ ਜਿਹਾ ਇਸ ਸਾਈਡ ਤੋਂ ਗੁਰਦੁਆਰੇ ਦੀ ਜਿਹੜੀ ਨਾ ਇਹ ਜਿਹੜਾ ਦਾ ਸੀ ਪਿੱਲਰ ਸੀ ਇਸ ਸਾਈਡ ਦੇ ਉੱਤੇ ਇਹ ਦੇਖ ਲਓ ਤੁਸੀਂ ਔਰ ਇਸ ਤੋਂ ਬਾਅਦ ਐਦਾਂ ਨੂੰ ਜਿਹੜੀ ਇਹਦੀ ਚਾਰਦواری ਹੁੰਦੀ ਸੀ ਇੱਥੋਂ ਦੀ ਉਸ ਤੋਂ ਬਾਅਦ ਜਨਾਬ ਆ ਗਿਆ ਇਹ ਦੂਸਰਾ ਪਿੱਲਰ ਸੀ ਬੈਕ ਸਾਈਡ ਤੇ ਪੀਲੇ ਰੰਗ ਦਾ yellow color ਦਾ ਇਹ ਆ ਗਈ ਉਹਦੀ ਦੀਵਾਰ ਬੈਕ ਸਾਈਡ ਦੀ ਠੀਕ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਤੇ ਉਹ ਪਿਛੇ ਦਰਵਾਜ਼ਾ ਠੀਕ ਹੈ ਅੱਛਾ ਇਹ ਨਾਲ ਹੀ ਜਿਹੜਾ ਨਾ ਉਹ 베ਰੀ ਦਾ ਬੂਟਾ ਜਿਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਬਾਬਾ ਜੀ ਗੁਰੂ ਨਾਨਕ ਘਰਾ ਨੇ ਇੱਥੇ ਆਪਣੇ ਹੱਥਾਂ ਨਾਲ ਲਾਇਆ ਸੀ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਇੱਥੇ ਇਹ ਸਾਰਾ ਏਰੀਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹ 베ਰੀਆਂ ਦਾ ਬਾਗ ਹੁੰਦਾ ਸੀ ਔਰ ਬਹੁਤ ਜ਼ਿਆਦਾ ਰਕਬਾ ਹੁੰਦਾ ਸੀ 베ਰੀ ਦਾ ਇੱਥੇ ਬਹੁਤ ਜ਼ਿਆਦਾ 베ਰੀਆਂ ਦੇ ਬਾਗ ਲੱਗੇ ਸਨ ਔਰ ਏਸੀ ਮਨਾਸਬਾ ਨਾਲ ਫਿਰ ਜਨਾਬ ਬਾਬਾ ਜੀ ਦਾ ਵੀ ਇੱਥੇ ਪੌਦਾ ਉਹ ਮੌਜੂਦ ਹਲੇ ਵੀ ਹੈ ਯਾਨੀ ਇਹਨਾਂ ਅਰਸਾ ਗੁਜ਼ਰ ਗਿਆ ਉਸ ਦੇ ਬਾਵਜੂਦ ਹਲੇ ਵੀ ਹੈਗਾ ਤੇ ਹੁਣ ਜਾ ਰਿਹਾ ਮੈਂ ਤਲਾਬ ਦੀ ਤਰਫ ਸਰੋਵਰ ਤੁਹਾਨੂੰ ਸਰੋਵਰ ਵਿਖਾ ਲੈਣਾ ਇੱਥੇ ਬਹੁਤ ਵੱਡਾ ਸੀ ਔਰ ਮੈਂ ਇਹਦੀ ਤੁਹਾਨੂੰ ਇਹਦੀ ਵੀ ਥੋੜੀ ਜਿਹੀ ਹਿਸਟਰੀ ਦੱਸ ਦੇਣਾ ਵਾ ਜੋ ਕਿ ਮੈਨੂੰ ਪਤਾ ਚੱਲਿਆ ਇਹ ਇੱਥੇ ਜਿਹੜਾ ਸਰੋਵਰ ਬਣਿਆ ਤੇ ਖਵਾਤਿਨ ਤੇ ਮਰਦਾਂ ਲਈ ਇੱਥੇ ਬੜਾ ਬਿਹਤਰੀਨ ਇਸ਼ਨਾਨ ਕਰਨ ਵਾਸਤੇ ਦਾ ਇੰਤਜ਼ਾਮ ਸੀ ਇਹਦੀਆਂ ਸੀੜੀਆਂ ਬਣੀਆਂ ਹੋਈਆਂ ਸਨ ਤੇ ਉਸ ਤੋਂ ਉਹਦੇ ਵਿੱਚ ਪਾਣੀ ਦਾ ਤੇ ਇੰਤਜ਼ਾਮ ਕੋਈ ਡਾ ਹੁੰਦਾ ਨਹੀਂ ਸੀ। ਲਿਹਾਜ਼ਾ ਐਸ ਸਰੋਵਰ ਨੂੰ ਪਾਣੀ ਦੇ ਨਾਲ ਭਰਨ ਵਾਸਤੇ ਨਾਲ ਹੀ ਕਰੀਬੀ ਪਸਰੂਰ ਦੇ ਨਾਲਾ ਡੇਕ ਪੈਂਦਾ ਹੁੰਦਾ ਸੀ। ਹੁਣ ਤੇ ਥੋੜਾ ਜਿਹਾ ਪਿੱਛੇ ਚਲਾ ਗਿਆ। ਕੁਝ ਕਿਲੋਮੀਟਰ ਪਸਰੂਰ ਸ਼ਹਿਰ ਤੋਂ ਪਿੱਛੇ ਚਲਾ ਕੇ ਬੰਨ ਮਾਰ ਦਿੱਤੇ ਗਏ ਨੇ। ਲੇਕਿਨ ਇੱਥੋਂ ਇਹ ਬਿਲਕੁਲ ਨਜ਼ਦੀਕ ਸ਼ਹਿਰ ਤੋਂ ਨੰਗ ਦਾ ਦਸੀ ਤੇ ਉਸ ਨਾਲੇ ਦੇ ਵਿੱਚੋਂ ਇੱਕ ਤਲਾਬ ਖਿੱਚ ਕੇ ਨਾ ਯਾਨੀ ਇੱਕ ਖਾਲ ਜਿਹਨੂੰ ਕਿਹਾ ਜਾਂਦਾ ਛੋਟੀ ਜੀ ਨਹਿਰ ਕਹਿ ਲੋ ਸੁਵਾ ਕਹਿ ਲੋ ਤੇ ਉਹਦੇ ਨਾਲ ਇਹ ਤਲਾਬ ਨੂੰ ਭਰਿਆ ਜਾਂਦਾ ਹੁੰਦਾ ਸੀ ਐਸਰੋਵਰ ਨੂੰ ਉਹਦੇ ਨਾਲ ਭਰਿਆ ਜਾਂਦਾ ਹੁੰਦਾ ਸੀ ਤੇ ਇਸੇ ਤਰ੍ਹਾਂ ਹੀ ਕਿਸ ਪਸਰੂਰ ਸ਼ਹਿਰ ਦੇ ਵਿੱਚ ਇੱਕ ਪੱਕਾ ਤਲਾਬ ਹੈ ਉਹ ਵੀ ਮੁਗਲਿਆ ਦੌਰ ਦਾ ਤੇ ਉਹਦੇ ਵਿੱਚ ਵੀ ਜਿਹੜਾ ਪਾਣੀ ਪਾਇਆ ਜਾਂਦਾ ਸੀ ਨਾ ਉਹ ਉਸੇ ਨਾਲਾ ਡੇਕਦਾ ਹੁੰਦਾ ਸੀ ਔਰ ਉਹ ਵੀ ਇੱਕ ਸੁਆ ਖਿੱਚ ਕੇ ਤੇ ਉਹਦੀ ਮਦਦ ਨਾਲ ਪਾਇਆ ਜਾਂਦਾ ਸੀ ਇਹ ਹੁਣ ਮੈਂ ਆ ਗਿਆ ਜਨਾਬ ਇਹ ਇਧੀਆਂ ਸੀੜੀਆਂ ਤੁਸੀਂ ਦੇਖ ਲਓ ਸਰੋਵਰ ਦੀਆਂ ਇਹ ਵੇਖੋ ਠੀਕ ਹੈ ਨਾ ਇਹ ਤੁਸੀਂ ਦੇਖ ਲਓ ਸੀੜੀਆਂ ਇਥੋਂ ਦੀ ਜਨਾਬ ਹੈ ਉਗੀਆਂ ਨੇ ਚੀਜ਼ਾਂ ਇੱਥੇ ਕਿਉਂਕਿ ਕਾਬਲੇ ਇਸਤੇਮਾਲ ਨਹੀਂ ਰਿਆ ਲੇਕਿਨ ਉਹਦੇ ਅਸਾਰ ਅੱਜ ਵੀ ਬਾਕੀ ਨੇ ਜਿਹੜੇ ਕਿ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਇਹ ਦੇਖੋ ਇਹ ਸੀੜੀਆਂ ਨੇ ਇਹ ਆਗੀਆਂ ਜਨਾਬ ਸਰੋਵਰ ਦੀਆਂ ਸੀੜੀਆਂ ਇਹ ਦੇਖ ਲੋ ਠੀਕ ਹੈ ਨਾ ਇਹ ਸਟੈਪਸ ਨੇ ਜਿਹੜੇ ਕਿ ਬਿਲਕੁਲ ਇਥੋਂ ਦੀਆਂ ਦੇਖੋ ਹਲੇ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਇਹ ਅੱਗੇ ਆ ਗਿਆ ਸਰੋਵਰ ਵਾਹ ਜੀ ਵਾਹ ਬਹੁਤ ਵਸੀ ਹੋ ਰੀਜ਼ ਇਹ ਵੀ ਇੱਕ ਵਿੱਚ ਪਿੱਲਰ ਜਾਇਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਉੱਤੇ ਪੀਪਲ ਦਾ ਦਰਖਤ ਉੱਗਿਆ ਛੋਟਾ ਜਿਹਾ ਤੇ ਇਹ ਸਰੋਵਰ ਦੇ ਵਿੱਚ ਜਨਾਬ ਲੇਕਿਨ ਇਹ ਕੁਝ ਚੀਜ਼ਾਂ ਟੁੱਟੀਆਂ ਨੇ ਚਾਰੋਂ ਤਰਫ ਗ੍ਰੀਨ ਸਰਸਸ ਬਾਗ ਗੋ ਕੇ ਬਾਗ ਉਹਨਾਂ ਆਪਣਾ ਵजूद ਖੋ ਚੁੱਕਿਆ ਹੈ ਬਾਗ ਤੇ ਇੱਥੇ ਕੋਈ ਨਹੀਂ ਲੇਕਿਨ ਉਹਦੇ ਅਸਾਰ ਅੱਜ ਵੀ ਮੌਜੂਦ ਨੇ ਸਰੋਵਰ ਤੁਹਾਨੂੰ ਦਿਖਾਇਆ ਤੇ ਇਹ ਦੇਖੋ ਇਹ ਸਰੋਵਰ ਇਹਨਾਂ ਤੇ ਇਹ ਜਨਾਬ ਆ ਗਿਆ ਗੁਰਦੁਆਰਾ ਇਹ ਇਹ ਠੀਕ ਹੈ ਨਾ ਜਿਹੜਾ ਤੁਹਾਨੂੰ ਦਿਖਾਇਆ ਦਰਵਾਜ਼ਾ ਇੱਕ ਰਹਿ ਗਿਆ ਇਥੇ ਜੀ ਬਾਬਾ ਜੀ ਗੁਰੂ ਨਾਨਕ ਘਰਾਂ ਦਾ ਜਿਹੜਾ ਉਹ ਦੱਸਿਆ ਗਿਆ ਕਿ ਦੋ ਦਫਾ ਪਸਰੂਰ ਚ ਬਾਬਾ ਗੁਰੂ ਨਾਨਕ ਘੁਰੀ ਆਏ ਸਨ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਹ ਜਿਹੜੀ ਜਗ੍ਹਾ ਹੈ ਨਾ ਜਿਹਦੀ ਮੈਂ ਤੁਹਾਨੂੰ ਹੁਣ ਹਵਾਲਾ ਨਾ ਪਿਆ ਜਿਹੜਾ ਗੁਰਦੁਆਰਾ ਹੈ ਜਾਂ ਸਰੋਵਰ ਹੈ ਇਹ ਪਸਰੂਰ ਸ਼ਹਿਰ ਦੇ ਵਿੱਚ ਯਾਨੀ ਕਿ ਅ ਸ਼ਹਿਰ ਤੋਂ ਮਸ਼ਰਕ ਦੀ ਤਰਫ ਆਂਦਾ ਹੈ ਔਰ ਇਹਦੇ ਬਿਲਕੁਲ ਨਾਲ ਰੇਲਵੇ ਲਾਈਨ ਹੈ ਜਿਹੜੀ ਕਿ ਨਾਰੋਵਾਲ ਸਿਆਲਕੋਟ ਸੈਕਸ਼ਨ ਦੀ ਹੈ ਔਰ ਇਸ ਜਿਹੜਾ ਹੈਗਾ ਗੁਰਦੁਆਰਾ ਔਰ ਸਰੋਵਰ ਇਹਦੇ ਬਿਲਕੁਲ ਬਾਹਰ ਰੋਡ ਹੈ ਡਬਲ ਪੱਕਾ ਰੋਡ ਹੈ ਜਿਹੜਾ ਕਿ ਨਾਰੋਵਾਲ ਪਸਰੂਰ ਰੋਡ ਜਾਂ ਨਾਰੋਵਾਲ ਸਿਆਲਕੋਟ ਰੋਡ ਤੁਸੀਂ ਉਹਨੂੰ ਕਹਿ ਸਕਦੇ ਹੋ ਤੇ ਨਾਰੋਵਾਲ ਦਾ ਫਾਸਲਾ ਇਥੋਂ ਪਸਰੂਰ ਤੋਂ 3 ਕਿਲੋਮੀਟਰ ਹੈ ਤੇ ਸਿਆਲਕੋਟ ਵੀ ਤਕਰੀਬਨ 3 ਕਿਲੋਮੀਟਰ ਹੀ ਬੰਦਾ ਤੇ ਪਸਰੂਰ ਸੈਂਟਰ ਦੇ ਵਿੱਚ ਤੇ ਇਥੋਂ ਦੇ ਜਿਹੜੇ ਵੀ ਲੋਕੀ ਹੁੰਦੇ ਨੇ ਉਹ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਜਾਣਾ ਹੈ ਉਹ ਖਾਹ ਰਾਵਲ ਪਿੰਡੀ ਸਲਾਮਬਾਤ ਤੋਂ ਆ ਰਹੇ ਨੇ ਜਿੱਧਰੋਂ ਦੀ ਵੀ ਉਹ ਫੇ ਮੇਨ ਜ਼ਿਆਦਾ ਇਧਰੋਂ ਦੀ ਉਹਨਾਂ ਦਾ ਨੰਗਾ ਹੁੰਦਾ ਬਹੁਤ ਅੱਛਾ ਰੋਡ ਬਣਿਆ ਹੋਇਆ ਤੇ ਉਹਦੇ ਵਿੱਚ ਜਿਹੜਾ ਨਾ ਆਪਣਾ ਇਹ ਇੱਥੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਕਿ ਇਹ ਕਿ ਟਰਬਾਈਨ ਲੱਗੀ ਹੈ ਐਸ ਰੋਵਰ ਚ ਪਾਣੀ ਦੇ ਦੇਣ ਪਾ ਲਿਦੇ ਨੂੰ ਹੁੰਦੇ ਤੇ ਉਹਦੇ ਨਾਲ ਨਾਲ ਜਨਾਬ ਇਹ ਅਸੀਂ ਉਹ ਗੁਰਦੁਆਰਾ ਸਾਹਿਬ ਇਹ ਜਨਾਬ ਆ ਦੇਖੋ ਠੀਕ ਹੈ ਇਹਦਾ ਕਿ ਦਰਵਾਜ਼ਾ ਰਹਿ ਗਿਆ ਇਹ ਦੇਖੋ ਤੇ ਜਨਾਬ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਚੀਜ਼ ਵਖਾ ਲਈਏ ਕਿਉਂਕਿ YouTube ਤੇ ਵੀਡੀਓ ਤੇ ਬਹੁਤ ਸਾਰੀਆਂ ਨੇ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਅੱਛੀ ਤੋਂ ਅੱਛੀ ਚੀਜ਼ ਪੇਸ਼ ਕਰੇ ਯੂਨੀਕ ਪਰ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਸਫਾ ਹਸਦੀ ਤੇ ਮਿੱਟਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਮੈਂ ਕੈਮਰੇ ਦੀ ਅੱਖ ਚ ਮਹਫੂਜ਼ ਕਰ ਲਾਂ ਤਾਂ ਕਿ ਸਾਡੇ ਜਿਹੜੇ ਭਰਾ ਨਖਾ ਪਾਕਿਸਤਾਨ ਚ ਨੇ ਖਾ ਲੈਂਦੇ ਪੰਜਾਬ ਜਾਂ ਚੜਦੇ ਪੰਜਾਬ ਜਾਂ ਉਹ ਬਾਹਰ ਦੇ ਕਿਸੇ ਮੁਲਕਾਂ ਦੇ ਚ ਨੇ ਉਹ ਆਪਣੀ ਸਕਾਫਤ ਕਲਚਰ ਦੀ ਇੱਕ ਇੱਕ ਝਲਕ ਮਾ ਦਰਨ ਮੇਰੇ ਕੈਮਰੇ ਦੇ ਰਸਤੇ ਤੇ ਇਹੋ ਹੀ ਮੇਰੀ ਜ਼ਿੰਦਗੀ ਦਾ ਜਿਹੜਾ ਹੈਗਾ ਨਾ ਉਹ ਕੀ ਕਹਿੰਦੇ ਨੇ ਮਕਸਦ ਹੈ ਕਿ ਮੈਂ ਯਾਰਾਂ ਦੋਸਤਾਂ ਭਰਾਵਾਂ ਨੂੰ ਕੋਈ ਨਾ ਕੋਈ ਯੂਨੀਕ ਚੀਜ਼ ਵਹਾਲ ਤਰ੍ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਸਾਡੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਅੱਜ ਕੇ ਹਾਲ ਦੇ ਵਿੱਚ ਨੇ ਠੀਕ ਹੈ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਉਹਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਸਾਨੂੰ ਨਾਮ ਹੈ ਅਸਾਂ ਔਰ ਤੁਹਾਡੇ ਵਕੀਲ ਹਨ ਜੇ ਤੁਹਾਨੂੰ ਕੀ ਦੇਣਾ ਤੁਸੀਂ ਜਦੋਂ ਸਾਨੂੰ ਕਮੈਂਟ ਅੱਛੇ-ਅੱਛੇ ਕਰਦੇ ਹੋ ਔਰ ਆਪਣੀ ਫਰਮਾਇਸ਼ਾ ਕਰਦੇ ਹੋ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਿੰਕ ਦੋਸਤਾਂ ਨੂੰ ਸ਼ੇਅਰ ਕਰਦੇ ਹੋ ਨਾ ਜਦੋਂ ਫਿਰ ਉਹਦਾ ਇਹ ਮਤਲਬ ਹੁੰਦਾ ਕਿ ਤੁਹਾਨੂੰ ਸਾਡਾ ਕੰਮ ਜਿਹੜਾ ਨੂੰ ਅੱਛਾ ਲੱਗਦਾ ਪਿਆ ਔਰ ਤੁਸੀਂ ਸਾਨੂੰ ਆਪਣਾ ਪਿਆ ਔਰ ਇਹ ਜਨਾਬ ਇਥੇ ਇੱਕ ਸਰਕਾਰੀ ਦਫਤਰ ਬਣਿਆ ਹੈ ਠੀਕ ਹੈ ਨਾ ਇਹ ਤਾਂ ਕਿ ਜਿਹੜਾ ਨਾ ਇਥੇ ਇਹਦੀ ਲੁੱਕ ਆਫਟਰ ਕੀਤੀ ਜਾਏ ਤੇ ਇਹ ਜਨਾਬ ਹਾਤਾ ਸਾਰਾ ਪੁਰਾਣੇ ਜ਼ਰਖਤ ਅੱਜ ਵੀ ਮੌਜੂਦ ਨੇ ਇਹ ਬਹੁਤ ਪੁਰਾਣੇ ਜ਼ਰਖਤ ਨੇ ਦੇਖੋ ਜੀ ਨਵੇਂ ਲਾਦਣ ਲੇਕਿਨ ਬਹੁਤ ਪੁਰਾਣੇ ਨੇ ਖਾਸ ਤਨ ਇਥੇ 베ਰੀਆਂ ਦਾ ਬਾਗ ਸਭ ਤੋਂ ਜ਼ਿਆਦਾ ਪੁਰਾਣਾ ਹੁੰਦਾ ਸੀ ਕਿਉਂਕਿ ਉਹ ਨਹੀਂ ਰਿਹਾ ਲੇਕਿਨ ਚਲੋ ਜ਼ਮਾਨੇ ਦੇ ਨਾਲ کافی ਚੀਜ਼ਾਂ ਚੇਂਜ ਹੋ ਗਈਆਂ ਨੇ ਔਰ ਮੇਰੀ ਕੋਸ਼ਿਸ਼ ਸੀ ਕਿ ਮੈਂ ਤੁਹਾਨੂੰ एक्सक्लूसिवली ਜਿਹੜਾ ਨਾ ਇਹ ਗੁਰਦੁਆਰਾ ਜਿਹੜਾ ਪਸਰੂਰ ਦਾ ਏ ਇਹ ਜਿਸ ਹਾਲ ਦੇ ਵਿੱਚ ਵੀ ਹੈ ਅਸੀਂ ਤੇ ਜਨਾਬ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਤੇ ਇੱਥੇ ਵੀ ਬਿਲਡਿੰਗਾਂ ਹੁੰਦੀਆਂ ਸਨ ਲੇਕਿਨ ਉਹ ਹੁਣ ਖਤਮ ਹੋ ਚੁੱਕੀਆਂ ਨੇ ਤੇ ਜਨਾਬ ਐਸੇ ਆਈ ਦੀ ਵੀਡੀਓ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗਾ ਰੱਬ ਰੱਖਾ